ਪੰਜਾਬ ਦੇ ਨਵੇਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਲੰਘੀ ਅਕਾਲੀ ਬੀਜੇਪੀ ਸਰਕਾਰ ਨੂੰ 440 ਵੋਟ ਦਾ ਝਟਕਾ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਇਹ ਤਤਕਾਲੀ ਸੱਤਾਧਾਰੀਆਂ ਨੇ ਵੋਟਾਂ ਖਾਤਰ ਤਾਸ਼ ਦੇ ਪੱਤਿਆਂ ਵਾਂਗ ਮੋਟਰਾਂ ਦੇ ਕਨੈਕਸ਼ਨ ਵੰਡ ਦਿੱਤੇ। ਇਸ ਨਾਲ ਸੂਬੇ ਵਿੱਚ ਧਰਤੀ ਹੇਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਨੀਵਾ ਗਿਆ। ਮੋਗਾ ਪਹੁੰਚੇ ਮੰਤਰੀ ਨੇ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਵੱਲੋਂ ਬਿਜਲੀ ਵਿਭਾਗ ਵਿੱਚ ਵੱਖ ਵੱਖ ਕੈਟਾਗਰੀ ਦੀਆਂ 3850 ਅਸਾਮੀਆਂ ਨੂੰ ਜਲਦ ਪੂਰਾ ਕੀਤਾ ਜਾਏਗਾ। ਸਾਰੀ ਕਾਰਵਾਈ ਮੁਕੰਮਲ ਹੈ ਜੀ। ਅੱਜ ਕੋਡ ਆਫ ਕੰਡਕਟ ਲੱਗਿਆ ਕਰਕੇ 3848 ਪੋਸਟਾਂ ਅਸੀਂ ਦੇਣੀਆਂ, ਅਪੁਆਇੰਟਮੈਂਟ ਲੱਭਣੀਆਂ ਪਈਆਂ। ਸਟੇਟ ਲੈਵਲ ਦਾ ਪੱਧਰ ਦਾ ਅਸੀਂ ਪਰਚੇ ਰੱਖਣਾ, ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਤੋਂ ਅਸੀਂ ਡੇਟ ਲੈਣੀ ਹੈ। ਅਸੀਂ JEE ਵੀ ਉਹਦੇ 'ਚ, SS ਵੀ ਹੈ, ਕਲਰਕ ਸਾਰੇ ਪਿਸਤਲ ਜਿਹੜੀ ਅਸੀਂ ਵਾਅਦਾ ਕੀਤਾ 8 ਘੰਟਿਆਂ ਦੀ ਨਿਰਵਿਘਨ ਸਪਲਾਈ ਦਾ ਅਸੀਂ ਪ੍ਰਬੰਧ ਕਰ ਚੁੱਕੇ ਹਾਂ। ਦੇਖੋ ਫਾਲਤੂ ਮੌਕੇ 'ਤੇ ਲੋੜ ਦਾ ਵੱਧ ਘੱਟਦਾ ਜੋ ਅਸੀਂ ਵੇਖੀ ਅੱਜ ਤੱਕ, ਅਸੀਂ ਅੱਜ ਪੈਡੀ ਦਾ ਵੇਖਿਆ, ਸਾਨੂੰ ਇਸ ਸੰਬੰਧ 'ਚ ਅਸੀਂ ਸਾਨੂੰ 12,000 ਕਰੋੜ ਮੈਗਾਵਾਟ ਚਾਹੀਦਾ ਸੀ, 13,000 ਦਾ ਪ੍ਰਬੰਧ ਕਰ। ਸਰਕਾਰ ਕੋਲ ਇਸ ਤਰ੍ਹਾਂ ਦਾ ਪ੍ਰਬੰਧ ਹੈਗਾ ਵੀ ਅਸੀਂ 8 ਘੰਟੇ ਡੈਰੇ ਵੀ ਦੇ ਸਕਦੇ? ਬਿਲਕੁਲ ਦੇਵਾਂਗੇ ਜੀ। ਨਵੇਂ ਕਨੈਕਸ਼ਨ ਵਾਸਤੇ ਜੇ ਜੀਵਨ ਦਾ ਕਨੈਕਸ਼ਨ ਲੈਂਦਾ, ਅਸੀਂ ਦੇਖੋ ਜਿਹੜੇ ਨਵੇਂ ਕਨੈਕਸ਼ਨਾਂ ਦੀ ਗੱਲ ਹੈ, ਪਿਛਲੇ ਜਦੋਂ ਗਵਰਨਮੈਂਟ BJP ਅਕਾਲੀ ਦਲ ਸੀ, ਉਹਨਾਂ ਨੇ ਲੋਕਾਂ ਨੂੰ ਭਰਮਾਉਣ ਦੀ ਖਾਤਰ ਤਾਸ਼ ਵਾਂਗੂ ਡਿਮਾਂਡ ਨੋਟਸ ਵੰਡ ਅਤੇ ਸਾਰਾ ਕਿਤੇ ਦੇ ਕੇ ਗਏ ਨੇ। ਉਹ ਵਿਚਾਰੇ ਫਾਰਮਰ ਦਾ ਕੀ ਕਸੂਰ ਹੈ? ਅਸੀਂ ਉਹਨਾਂ ਦੇ ਜਿਹੜੇ ਮਤਲਬ ਤਾਸ਼ ਦੇ ਪੱਤੇ ਕਿਨਾਰੇ ਵੇ ਅਸੀਂ ਇਕੱਠੇ ਕਰਕੇ, ਉਹ ਸਭ ਤੋਂ ਪਹਿਲਾਂ ਉਹਨਾਂ ਦੇ, ਉਹ ਇਹ ਨਾ ਸੋਚਣ ਵੀ ਸਾਨੂੰ ਅਕਾਲੀ ਦਲ BJP ਨਾਲ ਦਿੱਤੇ ਆ। ਅਸੀਂ ਉਹਨਾਂ ਦੀ ਮਤਲਬ ਇਸ ਸਰਕਾਰ 'ਚ ਅਸੀਂ ਦਰਦ ਮੰਨਿਆ ਵੀ ਇਹਨਾਂ ਨੂੰ ਗੁਮਰਾਹ ਕੀਤਾ ਭੋਲਾ ਭਲੇ ਫਾਰਮਰ ਨੂੰ। ਅਸੀਂ 50,000 ਕਨੈਕਸ਼ਨ ਹੁਣ ਜਾਰੀ ਕਰਨ ਲੱਗੇ ਹਾਂ।